16 जुलाई दिन वीरवार लैके हाजर हाँ द सोता एंड सोता शो। आज दे शो विच कुछ खास गल्लांबातां जिहड़ा सर्ब लोकां नूं मिल रहा उहदा किन्ना क फायदा हो रहा कदों तक चलना आ ते खास करके जिहड़े छोटे कारोबार ने उहनां वल्लों शिकायत हो रही है कि सर्ब दे कारण लोक कम्मां दे उत्ते नहीं आ रहे। कारोबार खुले ने, उह चाहुंदे ने कि लोक आउण पर लोक आ नहीं रहे, इस करके कारोबारियां नूं इहनां बिजनेसमैन इहनां नूं घाटा पै रहा। इहदे संबंधी खास गल्लबात कुकटलम बीसी का एक शहर उहदे विच कुछ निंबू मिले आ, उहनां दे विच सूईयां जिहड़ियां मारियां गईयां सी, पुलिस नूं पता नहीं लग रहा वी इह की आ, क्यों ये निंबू इस तरह टंगे गए है, इहदा की किन्ना खतरा है, की चीज़ आ। पुलिस जिहड़ी आ इहदे बारे छानबीन कर रही आ, टूणे कौण करदा, कौण करवाउंदा, किहदा किन्ना नुकसान हुंदा, इहदे बारे भी गल्लबात करांगे। कुछ खबरां अमेरिका दी राजनीति दीआं ते भारत पंजाब दीआं कुछ खबरां तुहाडे नाल सांझियां करांगे। लै के हाजर हाँ द सोता एंड सोता शो। सत श्री अकाल गुरप्रीत सिंह सोता जी, जी आयां नूं स्वागत आ जी। सत श्री अकाल जसकरण जी, तुहानूं ते नाले प्रोग्राम देख रहे सारे दर्शकों नूं प्यार सत्कार भरी सत श्री अकाल। हमेशा की तरह महिंद्रा ज्वैलर्स के सहयोग के नाल यह प्रोग्राम लैके तुहाडी सेवा दे विच हाजर हाँ। सरी दे पाल बिजनेस सेंटर के गहणियां की मशहूर दुकान महिंद्रा ज्वैलर्स, जिथे कि नवें तो नवें डिजाइन ते खरा सोना तुसीं खरीद सकते हो। इन्हां दी खासियत है बाजार च होर कितों नहीं मिलता। इस तों इलावा सोने ते चांदी के गहणियां दे नाल नाल तुसीं डायमंड की ज्वैलरी खरीद सकते हो, तो डायमंड ज्वैलरी के उत्ते इस वेले 15% डिस्काउंट जिहड़ा आ ऑफर कर रहे हैं। पायल बिजनेस सेंटर के इन्हां दा शोरूम देखने लई पहुँचो, यूनिट नंबर 332 8128 स्ट्रीट सरी। तो जे दुनिया भर चो कि भी वट्सएप पर वीडियो कॉल करके ऑनलाइन गहने देखने ते खरीदने होण, इन्हां दा नंबर सेव कर लो 604-916-10-10 महिंद्रा ज्वैलर्स। ਗੁਰਪ੍ਰੀਤ ਸਿੰਘ ਸੋਤਾ ਜੀ, ਇੱਕ ਪਾਸੇ ਕਹਿੰਦੇ ਅਨਇੰਪਲੋਇਮੈਂਟ ਜਿਹੜੀ ਬਹੁਤ ਵਧੀ ਆ ਇਸ ਵੇਲੇ, ਇੰਨੀ ਕਦੇ ਹੋਈ ਨਹੀਂ, ਦੂਜੇ ਪਾਸੇ ਜਿਹੜੇ ਛੋਟੇ ਕਾਰੋਬਾਰ ਆ ਸਮਾਲ ਸਕੇਲ ਵਾਲੇ ਆ ਉਹ ਕਹਿੰਦੇ ਸਾਨੂੰ ਕੰਮ ਹੀ ਨਹੀਂ ਲੱਭਦੇ, ਰੌਲਾ ਕਿੱਥੇ ਆ ਜੀ? ਰੌਲਾ ਇਹ ਆ ਜੀ ਕਿ ਜਿਹੜੀ ਇੱਕ ਛੋਟੇ ਵਪਾਰਾਂ ਦੀ ਇੱਕ ਐਸੋਸੀਏਸ਼ਨ ਹੈਗੀ ਆ, ਇੱਕ ਬਿਜ਼ਨਸ ਫੈਡਰੇਸ਼ਨ ਛੋਟੀ ਜਿਹੀ ਬਣਾਈ ਹੋਈ ਆ। ਅੱਛਾ ਜੀ। ਉਹਨਾਂ ਨੇ ਇੱਕ ਸਰਵੇ ਕਰਾਇਆ ਜੀ, ਉਹਨਾਂ ਨੇ ਸਰਵੇ ਜਿਹੜਾ ਕੈਨੇਡਾ ਪੱਧਰ ਦੇ ਉੱਤੇ ਕਰਾ ਕੇ ਵਿੱਚੋਂ ਤੱਤ ਇਹ ਕੱਢਿਆ ਵੀ 33% ਜਿਹੜੇ ਛੋਟੇ ਵਪਾਰ ਨੇ ਕੈਨੇਡਾ ਦੇ ਸਮਾਲ ਬਿਜ਼ਨਸਿਸ ਨੇ ਉਹ ਆ ਜਿਹੜੇ ਕਿ ਫੁੱਲ ਫਲੈਜ ਕੰਮ ਕਰ ਰਹੇ ਆ, ਮਤਲਬ ਜਿੰਨਾ ਕਿ ਕਰੋਨਾ ਤੋਂ ਪਹਿਲਾਂ ਉਹਨਾਂ ਦਾ ਕੰਮ ਸੀ ਉਨਾ ਹੀ ਹੋਣਾ, ਉਨਾ ਹੀ ਹੋਣੇ ਆ ਜੀ। ਬਾਕੀ 66% ਜਿਹੜਾ ਉਹਨਾਂ ਦਾ ਕੰਮ ਜਿਹੜਾ ਪ੍ਰੋਪਰ ਨਹੀਂ ਚੱਲ ਰਿਹਾ। ਉਹਦਾ ਵੱਡਾ ਕਾਰਨ ਇਹ ਹੈ ਕਿ ਉਹਨਾਂ ਨੂੰ ਕੰਮ ਹੀ ਨਹੀਂ ਮਿਲ ਰਿਹਾ। ਇਹ ਨਹੀਂ ਹੈਗਾ ਕੈਨੇਡਾ 'ਚ ਕੰਮ ਇਹ ਨਹੀਂ ਗੇ, ਪਰ ਜਿਹੜੇ ਉਹਨਾਂ ਦੇ ਪੱਕੇ ਕੰਮ ਸੀਗੇ ਉਹ ਕੰਮ 'ਤੇ ਨਹੀਂ ਆ ਰਿਹਾ, ਕਿਉਂਕਿ ਉਹਨਾਂ ਨੂੰ ਘਰ ਬੈਠਿਆਂ ਨੂੰ ਸਰਵ ਮਿਲ ਰਹੀ ਹੈ ਜੀ। ਜੇ ਉਹ ਸੱਦਦੇ ਫਿਰ ਸਰਵ ਬੰਦ ਨਹੀਂ ਹੋ ਜਾਂਦੀ? ਉਹ ਕਹਿੰਦੇ ਬਹਾਨੇ ਮੁਹਰੋਂ ਇੱਦਾਂ ਦੇ ਲਾਉਂਦੇ ਆ ਵੀ ਅਸੀਂ ਪੁੱਛ ਨਹੀਂ ਕਰ ਸਕਦੇ ਕਿਸੇ ਨੂੰ ਵੀ, ਵੀ ਤੁਹਾਨੂੰ ਆਉਣਾ ਪੈਣਾ ਆ। ਜਿਹੜਾ ਜਿਹੜੀ ਸਰਵ ਹੈਗੀ ਆ, ਜਿਹੜੀ ਕਿ ਰਾਹਤ ਕੈਨੇਡਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਆ $2000 ਮਹੀਨੇ ਦੀ, ਉਹ ਜੀ ਦਾ ਜੰਜਾਲ ਬਣ ਗਿਆ ਜੀ। ਕਹਿੰਦੇ ਵੀ ਉਹ ਆ ਨਹੀਂ ਰਹੇ, ਸਾਨੂੰ ਹੋਰ ਕੰਮ ਲੱਭ ਨਹੀਂ ਰਿਹਾ, ਜਿੰਨਾ ਚਿਰ ਉਹ ਕੰਮ 'ਤੇ ਨਹੀਂ ਆਉਂਦੇ ਸਾਡਾ ਕੰਮ ਪ੍ਰੋਪਰ ਨਹੀਂ ਚੱਲਣਾ ਹੈਗਾ। ਅਤੇ ਉਹਨਾਂ ਨੇ ਹੁਣ ਬਕਾਇਦਾ ਉਲਟਾ ਸਰਕਾਰ ਤੋਂ ਮੰਗ ਰੱਖ ਦਿੱਤੀ ਹੈ ਜੀ ਇਹ ਕਿ ਮਿਹਨਤ ਵਾਲੀ ਗੱਲ ਆ ਵੀ ਇਹ ਬੰਦ ਕਰ ਦਿਓ ਹੁਣ ਬਹੁਤ ਦੇ ਲਈ, ਅਤੇ ਤਾਂ ਕਿ ਲੋਕ ਜਿਹੜੇ ਦੁਬਾਰਾ ਜਿਹੜਾ ਕੰਮਾਂ ਦੇ ਉੱਤੇ ਆ ਜਾਣ ਅਤੇ ਕੰਮ ਜਿਹੜੇ ਪ੍ਰੋਪਰ ਚੱਲ ਜਾਣ। ਨਾਲ ਉਹਨਾਂ ਨੇ ਤਰਕ ਇਹ ਦਿੱਤਾ ਜੀ, ਉਹ ਕਹਿੰਦੇ ਵੀ ਇੱਕ ਪਾਸੇ ਸਰਕਾਰ ਜਿਹੜੀ ਆ ਵੇਜ ਸਬਸਿਡੀ ਦੇ ਰਹੀ ਆ ਵੱਡੇ ਵਪਾਰਾਂ ਨੂੰ, ਛੋਟੇ ਵਪਾਰਾਂ ਨੂੰ, ਯਾਰ ਉਹ ਚੱਕੋ ਤਨਖਾਹ ਦਾ 75% ਹਿੱਸਾ ਜਿਹੜਾ ਆ ਉਹ ਅਸੀਂ ਦਿੰਦੇ ਹਾਂ, ਤੁਸੀਂ ਆਪਣਾ ਕੰਮ ਚਲਾਓ ਜੀ। ਬਿਲਕੁਲ। ਉਹ ਕਹਿੰਦੇ ਵੀ ਸਾਡੇ ਕੋਲ ਵਧੀਆ ਆ, ਪੈਸੇ ਸਾਡੇ ਕੋਲ ਆ ਜਾਣਗੇ, ਸਾਡੇ ਕੋਲ ਕੰਮ ਹੈਗਾ ਆ, ਪਰ ਕੰਮ ਤਾਂ ਬੰਦਿਆਂ ਨੇ ਕਰਨਾ। ਜੋ ਸਾਡੇ ਕੋਲ ਤਨਖਾਹ ਦੇਣ ਲਈ ਪੈਸੇ ਹੈਗੇ ਆ ਤਾਂ ਫਿਰ ਤੁਸੀਂ ਬੰਦੇ ਕਾਹਲੇ ਘਰ ਬਿਠਾਏ ਹੋ, ਉਹਨਾਂ ਨੂੰ ਕਾਹਲੇ ਘਰ ਬੈਠਿਆਂ ਨੂੰ ਪੈਸੇ ਦੇ ਰਹੇ ਹਾਂ, ਉਹਨਾਂ ਨੂੰ ਕੰਮ 'ਤੇ ਸੱਦੋ ਤਾਂ ਕਿ ਜਿਹੜੇ ਤੁਸੀਂ ਸਾਨੂੰ ਪੈਸੇ ਦਿੰਦੇ ਵੇਜ ਸਬਸਿਡੀ ਦੇ ਉਹ ਅਸੀਂ ਤਨਖਾਹ ਉਹਨਾਂ ਨੂੰ ਦਈਏ ਤਾਂ ਸਾਡਾ ਕੰਮ ਵੀ ਚੱਲਦਾ ਹੋਵੇ ਅਤੇ ਕੈਨੇਡਾ ਦੀ ਜਿਹੜੀ ਆਰਥਿਕਤਾ ਆ ਉਹ ਦੁਬਾਰਾ ਤੋਂ ਲੀਹ ਦੇ ਉੱਤੇ ਆ ਜਾਵੇ। ਵਾਕਈ ਇਹ ਬਹੁਤ ਵੱਡੀ ਸਮੱਸਿਆ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਬਿਲਕੁਲ ਜੀ। ਹੁਣ ਤੁਸੀਂ ਦੇਖੋ ਇੱਕ ਪਾਸੇ ਤਾਂ ਸਰਕਾਰ ਬਿਜ਼ਨਸਿਸ ਨੂੰ ਹੈਲਪ ਕਰ ਰਹੀ ਹੈ ਵੀ ਆਹ ਲਓ ਚੱਕੋ ਪੈਸੇ ਤਾਂ ਤੁਸੀਂ ਤਨਖਾਹਾਂ ਵੰਡੋ ਤਾਂ ਕੰਮ ਚਲਾਓ, ਪਰ ਦੂਜੇ ਪਾਸੇ ਜਿਹੜੇ ਘਰ ਬੈਠੇ ਬੰਦੇ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਹੈਗੇ ਆ। ਹੋ ਸਕਦਾ ਬਹੁਤ ਸਾਰੇ ਜੈਨੂਇਨ ਕੇਸ ਹੋਣ ਹੈ ਨਾ ਵੀ ਜਿਹਨਾਂ ਨੂੰ ਲੋੜ ਹੈਗੀ ਹੈ, ਇੱਦਾਂ ਨਹੀਂ ਵੀ ਸਾਰੇ ਜਾਣ ਕੇ ਨਹੀਂ ਜਾ ਰਹੇ, ਪਰ ਬਹੁਤ ਸਾਰੇ ਹੋਣਗੇ ਜਿਹੜੇ ਕਿ ਫਾਇਦਾ ਚੱਕ ਰਹੇ ਇਸ ਗੱਲ ਦਾ। ਸੋ ਉਹਨਾਂ ਨੂੰ ਨੈਤਿਕ ਫਰਜ਼ ਵੀ ਉਹਨਾਂ ਦਾ ਬਣਦਾ ਵੀ ਸਰਕਾਰ ਨੇ ਬਹੁਤ ਮਦਦ ਕਰ ਲਈ ਆ, ਅਤੇ ਜੇ ਹੁਣ ਸਰਦਾ ਆ ਕੰਮ 'ਤੇ ਜਾ ਕੇ ਤਾਂ ਜਾਣਾ ਚਾਹੀਦਾ, ਕਿਉਂਕਿ ਕਰੋਨਾ ਜਿਹੜਾ ਹੁਣ ਆਲਮੋਸਟ ਕੈਨੇਡਾ ਦੇ ਵਿੱਚ ਠੱਪ ਵਾਂਗ ਹੈਗਾ ਆ। ਰੱਬ ਨਾ ਕਰੇ ਸੈਕਿੰਡ ਵੇਵ ਜਿਹੜੀ ਆਵੇ, ਪਰ ਜੇ ਨਹੀਂ ਆਉਂਦੀ ਹੈਗੀ ਤਾਂ ਕੰਮ ਤਾਂ ਆਪਾਂ ਨੂੰ ਲੀਹ 'ਤੇ ਲਿਆਉਣਾ ਪੈਣਾ ਜੀ, ਅਤੇ ਇਸ ਕਰਕੇ ਕੰਮ ਕਰਨਾ ਪੈਣਾ। ਸਰਕਾਰ ਪੈਸੇ ਦੇ ਰਹੀ ਆ, ਕੰਮਾਂ ਨੂੰ ਵੀ ਤਨਖਾਹ ਜਿਹੜੀ ਆ ਵੰਡੋ, ਦਸੰਬਰ ਤੱਕ ਵਧਾਤੀ ਉਹਨਾਂ ਨੇ ਜਿਹੜੀ ਆ ਵਪਾਰਾਂ ਨੂੰ ਮਦਦ ਹੈਗੀ ਆ। ਸੋ ਇੱਕ ਪਾਸੇ ਦੇਣ, ਜਾਂ ਤਾਂ ਵਪਾਰਾਂ ਨੂੰ ਦੇਣ ਅਤੇ ਜਾਂ ਫਿਰ ਜਿਹੜੇ ਘਰ ਬੈਠੇ ਉਹਨਾਂ ਨੂੰ ਦੇਣ। ਇਸ ਨੂੰ ਗੱਲ ਲੈ ਕੇ ਹੁਣ ਇਹ ਚਰਚਾ ਜਿਹੜੀ ਆ ਕਾਫੀ ਛਿੜ ਰਹੀ ਹੈ ਜੀ। ਇੱਕ ਚਰਚਾ ਹੋਰ ਚੱਲ ਰਹੀ ਆ, ਕੁਕਟਲਮ ਜਿਹੜਾ ਸ਼ਹਿਰ ਆ ਇੱਥੇ ਆਪਣੇ ਨੇੜੇ ਹੀ, ਉਹਦੇ ਵਿੱਚ ਪੁਲਿਸ ਵਾਲਿਆਂ ਨੂੰ ਗੱਲ ਨਹੀਂ ਸਮਝ ਆ ਰਹੀ ਵੀ ਨਿੰਬੂ ਦੇ ਵਿੱਚ ਸੂਈਆਂ ਮਾਰ ਕੇ ਟੰਗੀਆਂ, ਵੀ ਇਹ ਕੀ ਮਾਮਲਾ ਜੀ?
देखो जी पुलिस वाले जिहड़े विचारे ज्यादा उन्होंने टूर कराया जाए साउथ एशिया का भी उत्थे दिखाया जाए भी जादू टूने टामन जिहड़े की हुंदे आ ते अद्धी दुनिया का टूणिया के सहारे हथ के सहारे जिहड़ा वास्तु शास्त्र के सहारे तुरी फिरदी आ जे कहते जोशी पंडित ना दसन भी सवेर नूं दिन चढ़ना दिने नहीं चढ़ना उत्थे तां बहुते लोग इन्ने अंध विश्वासी है तो बहुत चार बंद टका नहीं आता बीबिया जिन्हें चर किसी साह की चौंकी ना भरे हो ठीक है ट्रालिया भरिया जाए भरिया ही आदि है ना हरेक डेरे के उत्ते रश है चाहे कोई हो सो ये गल जी कि पुलिस वाले हम समझ ले दस्या जा भी ये इदा हों भी किसी हर्ट किया गया है वो जो तुम उन्होंने ध्यान ना देखते तस्वीर में कोलों तो एक तस्वीर पाई हुई है नींबू दो फाड़ करके तस्वीर रख के आले दुआले सूईया लंघाई गई हैं उपर एक जरा मौली का धागा जो लाल जो बनया गया जी सो इस करके जे इस काम के वाकफ ने उन्होंने गलबात की भी ये की लगता वो कहते भी जो किसी तंग करना हो किसी परेशान करना हो शरीरक तौर पर दुख पहुँचा हो जरा एक्सीडेंट हो जाए जैसे सट फेट लग जाए वो वास्ते इदा अपवा किया जाता जी सो किसी का माड़ा जोड़ा आ सोचने वास्ते जोड़ा किया गया आ तो ये कोई नवी गल नहीं जी कैनेडा दे विच जिदा लोग आए आ तो दिल्ली एयरपोर्ट तो जिवें समान लैके आए जी नाल अपना टैची भर के जो माड़िया आदत वो भी नाल ही लैके आए ये नहीं भी उत्थे छड्डे आए भी नवें सिस्टम में चले हैं भी हम नवे हिसाब न सोचिए बल्कि इतने आके उन्होंने यह बनाने की कोशिश करते हैं कबूतर दिया धौणा वढ़ के बली इतने दिती जा चुकी है जी सरी दे विच चरस्ते नहाँदियाँ बीबिया जी इतने फड़िया जा चुकिया है तो बाकी जो टूने टामने पुछो ही ना भी कि वारी जे देखे जा चुके हैं तो जो छोटे होंगे जी उ अपने वाली नहर के बड़े नारियल तरते आते होंगे जी खाले दे चक के हूँ इतने पता नहीं की रखते पता करना पेगा भी खाने वाली चीज़ होंगी तो बंदा चक के खा सकता है तो पर बहुते लोग डरते हैं जी डरते करके जोड़ा आ तो वह फिर भी पता नहीं की हो जाऊगा जेठा न्याणा ना हो जाए फलाना ना हो जाए वहम जोड़े आ वह बहुत है तो वहमी जोड़े आ मगरे पहुँचे हुए तो इतने तुम दसा भी साढ़ा एक मित्र है वह नक्शे बना जी घर के अच्छा जी तो हूँ जो नवा रवाज चलिया भी नक्शा बनाने तो पहला वास्तु शास्त्र वाला लिया नाल जी तो वह कहते भी नक्शा बन चुका से आलमोस्ट जानू वास्तु शास्त्र वाले आ गए भाई साहब वो कहते भी जी घर की किचन हैगी भी ये फ्रंट पर लियाओ अच्छा वो कहता भी तेरा दिमाग ठीक है तुम बेचण नूं घर बना रहे हैं भी जे घर की किचन फ्रंट के उत्ते लै आंदी टूर के कोल तो उत्थे सारी स्मैल आऊगी आया गया किचन में ही लंघ के तुहाडे पिछे जाके लिविंग रूम च बैठूगा भी घर तुहाडा खरीदूगा कौन वो कहते भी नहीं जी ये तो करनी पैनी है वो कहता भी नक्शा किसी होर पासों जाके बना लो भी मैं कहता ये नहीं कहना भी कल लोगों ने मैनू गाला कटनिया देख भी नक्शा किने बनाया सी कहता ये थोड़ी कहना भी वास्तु शास्त्र वाले ने कहा इदा कहते एक भाई साहब होर आ गए कहता सारा नक्शा बनया है तो वास्तु वाले कहते भी जो ग्राह है पिछे जाइए घर दे कहता कार मामा पर तू अपनी कार जी गड्डी या क्रेन ना चक के पिछे रखा करूंगा रोज़ भी ग्राह से तो मूहरों बढ़ूगी सो यह बेहुदा जड़िया गल्लां आ जी वो कई बार मगर ला के करवाइया जा रही तो किसी का माड़ा सोचने वास्ते तो वो कोई गल ही है नहीं गी पर जोड़े टूने आ टामने ये अंध विश्वास आ इन्हों का कोई मतलब नहीं है पर किसी वेले शायद इन्हों का कोई मतलब है तो वह उदा ही जो वहम आ कैरी ऑन होंगे जा रहे हैं जी ये जिमें हम टूने की गल ही है मैं कित पढ़ रहा सगा भी पुराने समय के ना तो मोबाइल फोन होंगे सके ना लैंडलाइन से ना कोई होर होंगे साधन कोई है नहीं जाके तुम किसी को सद के लिया हकीम को या किसी डॉक्टर को जो कोई पिंड दे विच कोई बीमार टमार हैगा सो किया की जाता सगा कि एक टूना बना के बाहर जिहड़ा पिंड दा राह आ चरस्ता उत्ते रख दिता जाता सगा जी जी सो उहदे विच उहो जिहियां चीज़ां रखियां जांदियां सीगियां कि जे मान लो भी किसी औरत दे बच्चा होण वाला आ तां उत्ते संदूर वगैरह जां होर मौली रख दित्ती जांदी आ उह जिहियां चीज़ां रखियां जांदियां तां कि जे कोई वैद हकीम उधरों लंघ रिहा होवे तो देख के उन्हूं पता लग जाए भी इस पिंड मेरी हैल्प की लोड़ हैगी किसी के बच्चा होने वाला आ तो जे किसी कोई होर बीमारी है तो वो संबंधित इशारे वाली चीज़ा जिहड़ियां आ वो टूने विच पा के चरस्ते च रख दित्तियां जांदियां भी तां कि कोई देख के वैद हकीम जिहड़ा आ पिंड पहुँच जाए तो जाके जिहड़ा जी वो इलाज कर दे तो ये जिहड़े हुण वहम सीगे वो मुड़ के पक्के जिहड़े आ जी कर दित्ते गए आ जिवें फॉर एग्जाम्पल बिल्ली दे राह लंघन वाला वहम जिहड़ा हुण इत्थे वैनकूवर तां बिल्लियां इन्नियां आ जी भी जे तुसीं तुरे जाओ तां मैनूं लगदा 20 वारी बिल्लियां राह कटदियां तो बंदा तां मुड़ के आई जाए फिर है ना पर गल की सी कि पुराने समय के ताकियां दरवाजे नहीं सी होंदे घरां नूं ते बंदा तुरन लगदा सीगा तो देखता भी मूहरे बिल्ली लंघन लगी जा भी कितने भी मेरा कोई समान खाण पीन वाला पिया आ देख लव मुड़ के भी ढकया आ भी कित जूठा ना कर चुके सो यह गलियाँ वहम से भी बच्चा होया नवा जी जी ठीक है जी भी कोठे से नहीं चढ़ना वो उपर
ਹਜੇ ਤੱਕ ਨਹੀਂ ਚੜ੍ਹਦੇ, ਲੈਂਟਰ ਪਏ ਹੋਏ ਆ, ਬੱਚੇ ਦੇ ਉੱਪਰ ਨਹੀਂ ਚੜ੍ਹਦੇ ਹੈਗੇ ਜੀ ਵੀ ਨਵਾਂ ਬੱਚਾ ਹੋਇਆ ਛੱਤ 'ਤੇ ਨਹੀਂ ਚੜ੍ਹਨਾ ਹੈਗਾ। ਜਦੋਂ ਕੋਈ ਵਹਿਮ, ਇਹ ਗੱਲ ਇੱਥੋਂ ਬਣੀ ਸੀਗੀ ਕਿ ਜਿਸ ਕੋਠੇ ਦੇ ਵਿੱਚ ਉਹ ਜੱਚਾ ਬੱਚਾ ਪਏ ਹੁੰਦੇ ਸੀਗੇ, ਮੋਸਟਲੀ ਕਹਿੰਦੇ ਵੀ ਸਲਕੜੇ ਦੀ ਜਿਹੜੀ ਛੱਤ ਹੁੰਦੀ ਸੀਗੀ, ਲਿੱਪੀ ਉਹ ਹੁੰਦੀ ਸੀਗੀ, ਜੇ ਕੋਈ ਉੱਪਰ ਚੜ੍ਹਦਾ ਸੀਗਾ ਉਹਦੇ ਵਿੱਚੋਂ ਰੀਣ ਜਿਹੜੀ ਆ ਬਹੁਤ ਬਰੀਕ ਮਿੱਟੀ ਜਿਹੜੀ ਉਹ ਕਿਰਦੀ ਸੀਗੀ, ਉਹ ਕਿਤੇ ਅੱਖਾਂ 'ਚ ਜਾਂ ਬੱਚੇ ਦੇ ਅੰਦਰ ਨਾ ਪੈ ਜਾਵੇ, ਉਹ ਨਾ ਜਾਵੇ। ਸਰੋਂ ਬੰਨ੍ਹੀ ਜਾਂਦੀ ਸੀ ਗੁੱਟਾਂ ਦੇ ਉੱਤੇ ਵੀ ਇਨਫੈਕਸ਼ਨ ਨਾ ਹੋਵੇ, ਉਹਦੇ ਕੋਈ ਨਾ ਕੋਈ ਵਿਗਿਆਨਿਕ ਕਾਰਨ ਸੀਗੇ ਜੀ। ਪਰ ਹੁਣ ਗੱਲ ਇਹ ਆ ਵੀ ਵਹਿਮ ਬਣਾ ਲਿਆ ਜੀ, ਅਤੇ ਉਹ ਵਹਿਮ ਕੈਨੇਡਾ ਆ ਕੇ ਵੀ ਲੋਕਾਂ ਨੇ ਛੱਡੇ ਨਹੀਂ ਹੈਗੇ। ਹਰ ਸਾਲ ਦਰਜਨਾਂ ਨਹੀਂ ਸੈਂਕੜੇ ਜਿਹੜੇ ਪੰਡਿਤ ਜੋਤਸ਼ੀ ਜਿਹੜੇ ਆ ਟੂਣੇ ਟਾਮਣ ਕਰਨ ਵਾਲੇ ਕੈਨੇਡਾ ਟੂਰਿਸਟ ਵੀਜ਼ੇ 'ਤੇ ਆਉਂਦੇ ਆ, ਆ ਕੇ ਇੱਥੇ ਜਿਹੜੇ ਵੱਡੇ ਵੱਡੇ ਸਟੋਰ ਆ ਉਹਨਾਂ ਵਿੱਚ ਫਲਾਇਰ ਛਪਾ ਕੇ ਲੋਕਾਂ ਦੀਆਂ ਗੱਡੀਆਂ 'ਚ ਫਸਾ ਜਾਂਦੇ ਆ, ਜਿਹੜੀਆਂ ਭੇਡਾਂ ਆ ਫਿਰ ਮੁੰਨ ਹੋਣ ਲਈ ਆਪਣੇ ਆਪ ਜਿਹੜੀਆਂ ਜੀ ਉਹ ਅਜਿਹੇ ਡੇਰਿਆਂ ਦੇ ਉੱਤੇ ਪਹੁੰਚ ਜਾਂਦੀਆਂ ਆ। ਬੜਿਆਂ ਦੇ ਪਰਦੇ ਫਾਸ਼ ਹੋ ਚੁੱਕੇ ਆ, ਪਰ ਫਿਰ ਵੀ ਇਹ ਜਿਹੜਾ ਰਿਵਾਜ਼ ਆ, ਰੁਝਾਨ ਆ ਜੀ, ਇਹ ਟਲ ਨਹੀਂ ਰਿਹਾ। ਕਿਉਂਕਿ ਸਾਡੇ ਇੱਕ ਵੱਡੇ ਵੀਰ ਕਹਿੰਦੇ ਹੁੰਦੇ ਵੀ ਇਹ ਭੇਡਾਂ ਹੁੰਦੀਆਂ ਇਹਨਾਂ ਦੇ ਹਰ ਸਾਲ ਉਨਾਉਣੀ ਆਉਣੀ ਆ, ਅਤੇ ਜਿੰਨਾ ਚਿਰ ਉਹਨਾਂ ਲਹਾਉਣੀ ਨਹੀਂ ਖਾਜ ਹਟਣੀ ਨਹੀਂ ਹੈਗੀ, ਅਤੇ ਉਹਨਾਂ ਨੇ ਪੁਰਾਣੀ ਉਹਨਾਂ ਲਹਾ ਕੇ ਆਉਣੀ ਆ ਅਤੇ ਫਿਰ ਨਵੀਂ ਜਿਹੜੀ ਆਉਣੀ ਆ ਤਾਂ ਖਾਜ ਹਟਣੀ ਆ। ਸੋ ਇੱਕ ਬਾਬੇ ਤੋਂ ਹਟੂਗੇ ਦੂਜੇ ਕੋਲ ਚਲ ਜਾਣਗੇ, ਜਾਣਾ ਇਹਨਾਂ ਨੇ ਜਾਣਾ ਹੀ ਆ। ਕਈ ਵਾਰੀ ਕਹਿੰਦੇ ਕੋਈ ਖਾਸ ਦਿਨ ਦੇ ਉੱਤੇ ਖਾਸ ਰੰਗ ਦੀ ਚੀਜ਼ ਵੀ ਖਿਲਾਉਂਦੇ ਆ ਬਣਾ ਕੇ, ਵੀ ਜੇ ਮੰਗਲਵਾਰ ਆ ਤਾਂ ਪੀਲੀ ਕਿ ਚਿੱਟੀ ਚੀਜ਼ ਖਿਲਾ ਦਿਓ, ਫਿਰ ਕਹਿੰਦੇ ਉਹਦਾ ਨੁਕਸਾਨ ਜਾਂ ਤੁਹਾਡਾ ਭਲਾ ਹੋ ਜਾਊਗਾ। ਵੀਰਵਾਰ ਨੂੰ ਇੱਕ ਖਾਸ ਰੰਗ ਦੀ ਚੀਜ਼ ਦਾਨ ਹੁੰਦੀ ਹੈ, ਔਰ ਗੁਰਦੁਆਰਿਆਂ ਵਿੱਚ ਕਹਿੰਦੇ ਪ੍ਰਸ਼ਾਦ ਵੀ ਉਸੇ ਰੰਗ ਦਾ ਹੀ ਚੜ੍ਹਦਾ ਉਸ ਦਿਨ। ਬਿਲਕੁਲ ਜੀ, ਮਾਹਾਂ ਦੀ ਦਾਲ ਜਿਹੜੀ ਇੱਕ ਖਾਸ ਦਿਨ 'ਤੇ ਬੜੀ ਚੜ੍ਹਦੀ ਹੈ, ਅਤੇ ਇੱਕ ਖਾਸ ਦਿਨ ਦੇ ਉੱਤੇ ਪੀਲਾ ਪ੍ਰਸ਼ਾਦ ਜਿਹੜਾ ਉਹੀ ਚੜ੍ਹੀ ਜਾਂਦਾ ਹੈ। ਪਤਾ ਕਰੀਏ ਜੀ, ਵੈਸੇ ਕਈ ਵਾਰੀ ਵੈਸੇ ਕੋਈ ਖਿਲਾ ਦਿੰਦਾ, ਧਿਆਨ ਰੱਖਣਾ ਚਾਹੀਦਾ। ਨਹੀਂ ਜੀ, ਆਪਾਂ ਨੂੰ ਕੀ ਹੋਣ ਲੱਗਾ ਜੀ, ਹੁਣ ਸਾਰਾ ਖਾਧੀਆਂ ਪੀਤੀਆਂ ਆ, ਅਤੇ ਮੇਰਾ ਖਿਆਲ 'ਚ ਹੋਣਾ ਹੁੰਦਾ ਜਦੋਂ ਬੱਚੇ ਹੁੰਦੇ ਸੀ ਸ਼ਾਇਦ ਉਦੋਂ ਹੀ ਹੋ ਜਾਂਦਾ, ਕਦੀ ਨਹਿਰ 'ਚ ਆਇਆ ਲੇਟ ਤਾਂ ਛੱਡਿਆ ਨਹੀਂ, ਹੈ ਨਾ, ਅਤੇ ਜਦੋਂ ਨਾਲੇ ਸੀਗੇ ਵੀ ਜੇਠੇ, ਹੈ ਨਾ, ਜਿੱਦਾਂ ਕਹਿੰਦੇ ਹੁੰਦੇ ਆ। ਅਤੇ ਇੱਕਦੇ ਇੱਕ ਵਾਰੀ ਮੈਨੂੰ ਯਾਦ ਹੈਗਾ ਵੀ ਸਾਡੀ ਇੱਕ ਅਪਾਰਟਮੈਂਟ ਹੁੰਦੀ ਸੀਗੀ, ਰੈਂਟ 'ਤੇ ਦਿੱਤੀ ਹੁੰਦੀ ਸੀਗੀ, ਹੈ ਨਾ। ਅੱਛਾ ਜੀ। ਅਤੇ ਉੱਥੇ ਜਿਹੜਾ ਬੰਦਾ ਸੀ ਉਹ ਕੰਮ ਕਰਦਾ ਹੁੰਦਾ ਸੀਗਾ ਰਾਤ ਨੂੰ, ਅਤੇ ਦਿਨੇ ਉਹ ਹੱਥ ਉੱਤੇ ਦੇਖਦਾ ਹੁੰਦਾ ਸੀ, ਮੈਨੂੰ ਨਹੀਂ ਸੀ ਪਤਾ ਉਹਦਾ ਵੀ ਹੱਥ ਵੀ ਦੇਖਦਾ ਇਹ। ਮੈਂ ਰੈਂਟ ਲੈਣ ਗਿਆ ਤਾਂ ਕਹਿੰਦਾ ਜੀ ਬਹਿ ਜਾਓ, ਉਹਦੇ ਕੋਲ ਕੋਈ ਗਾਹਕ ਆਇਆ ਬੈਠਾ ਸੀਗਾ। ਅੱਛਾ। ਮੈਂ ਕੁਰਸੀ ਤੋਂ ਅੰਦਰ ਬੈਠਾ ਅਪਾਰਟਮੈਂਟ 'ਤੇ, ਤਾਂ ਉਹ ਬੰਦਾ ਮੂਹਰੇ ਬੈਠਾ ਉਹਨਾਂ ਨਾਲ ਗੱਲਾਂ ਕਰ ਰਿਹਾ, ਅਤੇ ਉਹ ਹੱਥ ਦੇ ਕਹਿੰਦਾ ਜੀ ਕਿਸੇ ਜਾਨਵਰ ਦਾ ਨਾਂ ਲਓ। ਅਤੇ ਜਿਹੜਾ ਮੂਹਰੇ ਹੱਥ ਦਿਖਾਉਣ ਆਇਆ ਸੀ ਉਹ ਕਹਿੰਦਾ ਜੀ ਮੋਰ। ਅਤੇ ਮੇਰੇ ਮਨ ਵਿੱਚ ਉਸੇ ਗੱਲ ਆਈ, ਮੈਂ ਕਿਹਾ ਵੀ ਇਹਨੇ ਬਣਾਤਾ ਮੋਰ ਇਹਦਾ, ਹੈ ਨਾ, ਵੀ ਹੁਣ ਜਿਹੜੇ $40-50 ਦਿਹਾੜੀ ਬਣਾ ਕੇ ਲਿਆਇਆ ਅਤੇ ਇਹ ਦੇ ਕੇ ਜਾਊਗਾ, ਅਤੇ ਗਾਂਹ ਮੈਂ ਚਲ ਗਿਆ ਜੀ ਉਹਨੂੰ। ਉਹਨੂੰ ਪਤਾ ਸੀ ਵੀ ਮੈਂ ਨਾ ਗੱਲਾਂ 'ਚ ਯਕੀਨ ਨਹੀਂ ਕਰਦਾ। ਮੈਂ ਕਿਹਾ ਜੀ ਮੇਰਾ ਵੀ ਹੱਥ ਦੇ ਕੇ ਦੱਸੋ ਤਾਂ ਵੀ ਕੀ ਚੱਕਰ ਵੱਕਰ ਹੈਗਾ, ਵੀ ਇਹ ਕਹਿੰਦਾ ਜੀ ਨਹੀਂ ਤੁਹਾਡੇ ਹੱਥ ਦੇਖਣ ਦੀ ਲੋੜ ਨਹੀਂ। ਮੈਂ ਕਿਹਾ ਜੀ ਕਾਹਦੇ ਵਾਸਤੇ, ਕਹਿੰਦਾ ਤੁਹਾਡੇ 'ਤੇ ਸ਼ਹੀਦਾਂ ਦਾ ਪਹਿਰਾ ਹੈਗਾ। ਅੱਛਾ। ਅੱਛਾ, ਇੱਕ ਬੜੀ ਦੁੱਖ ਭਰੀ ਖਬਰ ਆ ਜਿਹੜੀ ਅਦਬੀ ਜਗਤ ਦੇ ਲਈ, ਸ਼ਾਇਰ ਅਮਰੀਕਾ ਵਾਸੀ ਨੂੰ ਚੜ੍ਹਾਈ ਕਰ ਗਿਆ, ਕੌਣ ਸੀ, ਥੋੜ੍ਹਾ ਜਿਹਾ ਉਹਨਾਂ ਬਾਰੇ ਜਾਣਕਾਰੀ ਦਿਓ ਜੀ। ਸਰਦਾਰ ਹਰਭਜਨ ਸਿੰਘ ਬੈਂਸ ਜੀ, ਬਹੁਤ ਵੱਡਾ ਨਾਂ ਹੈਗਾ ਜੀ, ਉਸਤਾਦ ਗਜ਼ਲਗੋ, ਸ਼ਾਇਰ, ਕਈ ਕਿਤਾਬਾਂ ਦੇ ਰਚੇਤਾ, ਕਈ ਭਾਸ਼ਾਵਾਂ ਦੇ ਗਿਆਤਾ, ਅਤੇ ਮੇਰੇ ਤੋਂ ਪਹਿਲਾਂ ਚੜ੍ਹਦੀ ਕਲਾ ਅਖਬਾਰ ਦੇ ਸੰਪਾਦਕ ਵੀ ਰਹੇ ਆ ਜੀ ਉਹ। ਅੱਛਾ ਜੀ। ਅਤੇ ਮੈਨੂੰ ਲੱਗਦਾ ਵੀ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਆ ਉੱਥੇ ਉੱਥੇ ਉਹਨਾਂ ਨੂੰ ਸਨਮਾਨ ਮਿਲੇ ਆ, ਚਾਹੇ ਭਾਰਤ, ਪਾਕਿਸਤਾਨ, ਇੰਗਲੈਂਡ, ਅਮਰੀਕਾ, ਕੈਨੇਡਾ। ਜਿਹੜੀ ਪੰਜਾਬੀ ਲਿਖਾਰੀ ਸਭਾ ਹੈਗੀ ਸਿਆਟਲ ਦੀ, ਉਹਦੇ ਉਹ ਮੋਢੀ ਸੀਗੇ, ਫਾਊਂਡਿੰਗ ਮੈਂਬਰ ਸੀਗੇ, ਅਤੇ ਇਸ ਤੋਂ ਇਲਾਵਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵਾਲੀ ਜਿਹੜੀ ਹੈ ਜੀ, ਉਹਦੇ ਉਹ ਸਰਪ੍ਰਸਤ ਸੀਗੇ, ਅਤੇ ਪੰਜਾਬ ਤੋਂ ਵੀ ਪੂਰੀ ਦੁਨੀਆ ਦੇ ਵਿੱਚੋਂ ਵੀ ਜਿਹੜੇ ਸਾਹਿਤਕਾਰ ਆ ਉਹਨਾਂ ਦੇ ਅੱਜ ਕਾਲ ਚਲਾਣੇ ਦੇ ਉੱਤੇ ਸ਼ੋਕ ਸੁਨੇਹੇ ਭੇਜ ਰਹੇ ਆ। ਸਿਆਟਲ ਵਿਖੇ ਰਹਿ ਰਹੇ ਸੀ, ਬਹੁਤ ਵੱਡਾ ਪਰਿਵਾਰ ਆ ਉਹਨਾਂ ਦਾ, ਬੜੇ ਖੁਸ਼ਹਾਲ ਨੇ, ਅਤੇ ਉੱਥੇ ਹੀ ਉਹਨਾਂ ਨੇ ਅੰਤਿਮ ਸਾਹ ਲਏ ਆ। ਦਿਲ ਦੀ ਧੜਕਣ ਬੰਦ ਹੋਣ ਕਾਰਨ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਜਿਹੜੀ ਆ ਮੌਤ ਹੋਈ ਹੈ ਜੀ। ਅਤੇ ਇਹ ਮੈਂ ਕਹਿ ਸਕਦਾ ਕਿ ਹਰਭਜਨ ਸਿੰਘ ਬੈਂਸ ਹੋਣੀ ਵੀ ਐਡੇ ਕੁ ਵੱਡੇ ਤੁਸੀਂ ਹਿਸਾਬ ਲਾ ਸਕਦੇ ਹਾਂ ਵੀ ਕਿੱਡੇ ਸੀਗੇ, ਜਿਹੜੇ ਆਮ ਪ੍ਰਚਲਿਤ ਕਵੀ ਆ ਜੀ ਕਈ ਵਾਰੀ ਜੀ, ਉਹ ਉਹਨਾਂ ਦੇ ਕੋਲੋਂ ਸੁਧਾਈ ਦੇ ਵਾਸਤੇ ਕਵਿਤਾਵਾਂ ਭੇਜਦੇ ਹੁੰਦੇ ਸੀ ਆਪਣੀਆਂ ਰਚਨਾਵਾਂ, ਵੀ ਜਿਹੜੀ ਮੇਰੀ ਇਹ ਜਿਹੜੀ ਤੁਕਬੰਦੀ ਆ ਜਾਂ ਮੇਰੀ ਜਿਹੜੇ ਸ਼ੇਅਰ ਆ ਅੱਗੇ ਪਿੱਛੇ ਜੇ ਕਰਨ ਵਾਲੇ ਆ, ਜਾਂ ਕੋਈ ਲਫ਼ਜ਼ ਦੀ ਵਾਧ ਘਾਟ ਹੈਗੀ ਆ, ਜਾਂ ਕੋਈ ਬੰਧਿਸ਼ ਇੱਧਰ ਉੱਧਰ ਕਰਨੀ ਆ, ਤਾਂ ਇਹ ਜਿਹੜੀ ਆ ਕਰ ਦਿੱਤੀ ਜਾਵੇ ਜੀ। ਅਤੇ ਬਹੁਤ ਮਾਣ ਸਤਿਕਾਰ ਜਿਹੜਾ ਉਹਨਾਂ ਨੂੰ ਸੀਗਾ ਮਿਲਦਾ। ਮੈਂ ਆਪ ਖੁਦ ਜਿਹੜੀਆਂ ਕਈ ਕਵੀ ਸੰਮੇਲਨਾਂ ਦੇ ਵਿੱਚ, ਸਾਹਿਤਕ ਸਭਾਵਾਂ ਦੇ ਵਿੱਚ ਦੇਖਿਆ ਵੀ ਜਦੋਂ ਉਹ ਆ ਜਾਂਦੇ ਸੀਗੇ ਤਾਂ ਮਾਹੌਲ ਇਹ ਜਿਹੜਾ ਬਦਲ ਜਾਂਦਾ ਹੁੰਦਾ, ਤਾਂ ਸਾਰੇ ਸਤਿਕਾਰ ਵੀ ਉਹਨਾਂ ਦਾ ਜਿਹੜਾ ਜੀ ਬਹੁਤ ਕਰਦੇ ਸੀਗੇ। ਜਿਵੇਂ ਪੁਰਾਣਿਆਂ ਦੇ ਵਿੱਚੋਂ ਗੁਰਚਰਨ ਰਾਮਪੁਰੀ ਹੋਣੀ ਜਾਂ ਇਹ ਜਦੋਂ ਬਹਿ ਜਾਂਦੇ ਸੀਗੇ, ਜੀਵਨ ਸਿੰਘ ਰਾਮਪੁਰੀ ਹੋਣੀ, ਤਾਂ ਉਸ ਕਾਵਿ ਸਭਾ ਦਾ ਜਿਹੜਾ ਮਾਹੌਲ ਹੀ ਜਿਹੜਾ ਹੋਰ ਹੁੰਦਾ ਸੀਗਾ। ਅਤੇ ਦੂਜੀ ਗੱਲ ਇੱਕ ਇਹ ਹੈ ਕਿ ਇਹ ਬੜੇ ਪੰਥਕ ਜਾਵੀਏ ਤੋਂ, ਪੰਜਾਬੀ ਜਾਵੀਏ ਤੋਂ ਜਿਹੜੀ ਗੱਲ ਕਰਦੇ ਸੀਗੇ, ਜਿਹੜੇ ਕਿ ਬਹੁਤੇ ਕਵੀ ਜਿਹੜੇ ਨਹੀਂ ਕਰਦੇ ਜੀ। ਜੀ ਜੀ। ਅਤੇ ਉਹਨਾਂ ਦੀ ਜਿਹੜੀ ਇੱਕ ਸ਼ਾਹਕਾਰ ਰਚਨਾ ਵੀ ਕੀ ਨੇ ਹੋਇਆ ਤੇਰੇ ਜਾਣ ਮਗਰੋਂ, ਉਹ ਬਹੁਤ ਜਿਹੜੀ ਆ ਪ੍ਰਚਲਿਤ ਹੋਈ। ਅਤੇ ਅਕਸਰ ਜਿਹੜੇ ਆ ਜੀ ਉਹ ਜਦੋਂ ਵੀ ਕਿਤੇ ਮਿਲਣਾ, ਮਜ਼ਾਕੀਆ ਸੁਭਾਅ ਦੇ ਬਹੁਤ ਸੀਗੇ, ਅਤੇ ਮੈਂ ਉਹਨਾਂ ਨੂੰ ਪੁੱਛਣਾ ਵੀ ਅੰਕਲ ਜੀ ਵੀ ਕੁਛ
ਉਹਨੇ ਕਹਿਣਾ ਲਿਖਿਆ ਨਵਾਂ ਤੈਨੂੰ ਤਾਂ ਸੁਣਾਉਣਾ, ਪਹਿਲਾਂ ਕੋਈ ਚੁਟਕਲਾ ਸੁਣਾ। ਸੋ ਇੱਦਾਂ ਬੜਾ ਜਾਣੀ ਕਿ ਮਜ਼ਾਕ ਜਿਹੜਾ ਉਹਨਾਂ ਨੇ ਕਰਨਾ ਹੈ ਨਾ, ਅਤੇ ਹਰੇਕ ਗੱਲ ਜਿਹੜੀ ਉਹਨਾਂ ਦੀ ਉਹੋ ਜਿਹੀ ਹੁੰਦੀ ਸੀਗੀ। ਇੱਕ ਵਾਰ ਦੱਸਣ ਬਈ ਕਹਿੰਦੇ ਪਾਕਿਸਤਾਨ ਗਏ ਹੋਏ ਸੀਗੇ ਅਤੇ ਨਾਲ ਅਮਰੀਕਾ ਤੋਂ ਕੋਈ ਹੋਰ ਸੱਜਣ ਸੀਗੇ, ਤਾਂ ਸਿਰਾਂ ਦੇ ਉੱਤੇ ਪਰਨੇ ਬੰਨ੍ਹ ਕੇ ਕਿਤੇ ਵੈਸੇ ਹੀ ਬਾਜ਼ਾਰ ਦੇ ਵਿੱਚ ਕੁੜਤੇ ਪਜਾਮੇ ਪਾ ਕੇ ਘੁੰਮਣ ਲੱਗ ਪਏ। ਅਤੇ ਉੱਥੋਂ ਇੱਕ ਬੀਬੀ ਆਈ ਜੀ, ਕਹਿੰਦੇ ਉਹਨੇ ਆ ਕੇ ਦਬਦਬ ਆਪਣਾ ਬੱਚਾ ਜਿਹੜਾ ਮੂਹਰੇ ਅੱਗੇ ਪਾ ਤਾ, ਕਹਿੰਦੇ ਮੌਲਵੀ ਸਾਹਿਬ ਵੀ ਬੱਚੇ ਨੂੰ ਹੈ ਨਾ ਵੀ ਦੁਆਵਾਂ ਦਿਓ ਜੀ। ਅਤੇ ਕਹਿੰਦੇ ਉਹਨੂੰ ਭੁਲੇਖਾ ਸੀਗਾ, ਕਹਿੰਦਾ ਬਸ ਵੀ ਉੱਥੋਂ ਸ਼ੁਰੂ ਹੋ ਗਿਆ ਵੀ ਦੁਆਵਾਂ ਦੇਣ ਲੱਗ ਪਿਆ, ਕਹਿੰਦੇ ਬਾਜ਼ਾਰ ਇਕੱਠਾ ਹੋ ਗਿਆ ਸਾਤੋਂ ਦੁਆਵਾਂ ਲੈਣ ਲੱਗ ਪਿਆ। ਸੋ ਇਹੋ ਜਿਹੀਆਂ ਗੱਲਾਂ ਵੀ ਜਿੱਥੇ ਵੀ ਉਹ ਜਾਂਦੇ ਸੀਗੇ ਘੁਲ ਮਿਲ ਜਾਂਦੇ ਸੀਗੇ, ਅਤੇ ਇਸੇ ਕਰਕੇ ਉਹਨਾਂ ਨੂੰ ਅੱਜ ਯਾਦ ਕੀਤਾ ਜਾ ਰਿਹਾ ਜੀ। ਬਹੁਤ ਵਧੀਆ ਜ਼ਿੰਦਗੀ ਗੁਜ਼ਾਰ ਕੇ ਗਏ ਆ। ਕਿੱਤੇ ਵਜੋਂ ਅਧਿਆਪਕ ਸੀਗੇ, ਜਿਹੜਾ ਆਪਣਾ ਬੜੇ ਪਿੰਡ ਦਾ ਲੜਕੀਆਂ ਦਾ ਸਕੂਲ ਆ, ਹਾਈ ਸਕੂਲ, ਉਹਦੇ ਵਿੱਚ ਵੀ ਪੜ੍ਹਾਇਆ ਉਹਨਾਂ ਨੇ। ਅਤੇ ਸ਼ਹੀਦ ਭਾਈ ਮਨਵੀਰ ਸਿੰਘ ਚਹੇੜੂ ਜੀ ਸਿੱਖ ਸੰਘਰਸ਼ ਦੇ ਜਿਹੜੇ ਵੱਡੇ ਆਗੂ ਰਹੇ ਆ ਕਿਸੇ ਵੇਲੇ, ਉਹਨਾਂ ਦੇ ਉਹ ਮਾਮਾ ਜੀ ਸੀਗੇ ਜੀ। ਅਤੇ ਇੱਕ ਪੰਥਕ ਸ਼ਖਸੀਅਤ, ਇੱਕ ਵਧੀਆ ਕਵੀ, ਇੱਕ ਵਧੀਆ ਸ਼ਾਇਰ, ਇੱਕ ਵਧੀਆ ਇਨਸਾਨ ਜਿਹੜੇ ਆ ਜੀ, ਸਾਡੇ ਤੋਂ ਅੱਜ ਵਿਛੜ ਗਏ ਜੀ। ਜੀ ਅਮਰੀਕਾ ਦੇ ਵਿੱਚ ਕੀ ਹਾਲਤ ਹੈ ਇਸ ਵੇਲੇ ਵੋਟਾਂ ਦੀ? ਜੋ ਬਾਈਡਨ ਰਾਸ਼ਟਰਪਤੀ, ਟਰੰਪ ਕੌਣ ਅੱਗੇ ਚੱਲ ਰਿਹਾ ਜੀ ਜੇ ਦੇਖਿਆ ਜਾਵੇ ਪਾਪੂਲੈਰਿਟੀ? ਦੇਖੋ ਜੀ, ਅਮੈਰੀਕਨ ਮੀਡੀਆ ਨੂੰ ਜੇ ਦੇਖੀਏ ਤਾਂ ਠੀਕ ਹੈ, ਫਿਰ ਤਾਂ ਸਾਰੀ ਇਹੀ ਗੱਲ ਆ ਵੀ ਜੋ ਬਾਈਡਨ ਜਿਹੜਾ ਆ ਸਿੰਗਲ ਡਿਜਿਟ ਜਾਂ ਡਬਲ ਡਿਜਿਟ ਦੀ ਲੀਡ ਲੈ ਕੇ ਅੱਗੇ ਜਾ ਰਿਹਾ ਟਰੰਪ ਤੋਂ। ਹੁਣ ਇਹ ਨਹੀਂ ਪਤਾ ਵੀ ਟਰੰਪ ਸਾਹਿਬ ਨੂੰ ਜਿਹੜਾ ਆ ਵੀ ਅਮੈਰੀਕਨ ਮੀਡੀਆ ਪਸੰਦ ਨਹੀਂ ਕਰਦਾ ਕਰਕੇ ਉਲਟ ਬੋਲ ਰਹੇ ਆ, ਜਾਂ ਇਹ ਸੱਚ ਹੈਗਾ ਆ ਜੀ, ਕਿਉਂਕਿ ਜਿਹੜੇ ਉਹਨਾਂ ਦੇ ਸਮਰਥਕ ਆ ਉਹ ਕਹਿੰਦੇ ਵੀ ਮੀਡੀਆ ਝੂਠ ਬੋਲ ਰਿਹਾ, ਖੁਦ ਵੀ ਉਹ ਕਹਿ ਦਿੰਦੇ ਆ। ਇੱਕ ਫੋਕਸ ਨਿਊਜ਼ ਸੀਗਾ ਜੀ ਉਹਨਾਂ ਦਾ ਸਮਰਥਕ ਜਿਹੜਾ ਆ, ਉਹਦੇ ਬਾਰੇ ਵੀ ਹੁਣ ਕਹਿ ਦਿੱਤਾ ਸੀ ਉਹਨਾਂ ਨੇ, ਤਾਂ ਫੋਕਸ ਨਿਊਜ਼ ਦੇ ਵਿੱਚ ਵੀ ਉਹਨਾਂ ਦੀ ਉਲਟ ਖਬਰਾਂ ਹੁਣ ਲੱਗਦੀਆਂ ਕਈ ਵਾਰੀ, ਤਾਂ ਇਸ ਕਰਕੇ ਜਿਹੜਾ ਆ ਇਹ ਕਹਿਣਾ ਬੜਾ ਔਖਾ ਆ ਵੀ ਕੌਣ ਸੱਚਾ ਆ, ਵੀ ਐਂਡ ਰਿਜ਼ਲਟ ਜਿਹੜਾ ਉਹ ਕੀ ਨਿਕਲਣਾ ਤਾਂ ਚੋਣਾਂ 'ਚ ਪਤਾ ਲੱਗਣਾ ਆ। ਪਰ ਫਿਰ ਵੀ ਕੁਛ ਇੱਦਾਂ ਲੱਗ ਰਿਹਾ ਕਿ ਉਹ ਵੀ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਕਿ ਹਾਂ ਵੀ ਮੇਰੀ ਹਾਲਤ ਜਿਹੜੀ ਆ ਵਿਗੜ ਰਹੀ ਆ, ਇਸੇ ਕਰਕੇ ਉਹਨਾਂ ਨੇ ਕੈਂਪੇਨ ਮੈਨੇਜਰ ਜਿਹੜਾ ਉਹ ਵੀ ਚੇਂਜ ਕਰ ਲਿਆ ਆਪਣਾ ਜੀ। ਨਹੀਂ ਤਾਂ ਕਹਿੰਦੇ ਹੁੰਦੇ ਵੀ ਚੱਲਦੀ ਜੰਗ 'ਚ ਘੋੜੇ ਨਹੀਂ ਬਦਲੇ ਜਾਂਦੇ ਜੀ, ਪਰ ਉਹਨਾਂ ਨੇ ਚੱਲਦੀ ਜੰਗ ਦੇ ਵਿੱਚ ਘੋੜਾ ਜਿਹੜਾ ਆਪਣਾ ਬਦਲਿਆ। ਬਿਲ ਸਟੇਪੀਅਨ ਨਾਂ ਦਾ ਇੱਕ ਜਿਹੜਾ ਉਹਨਾਂ ਦਾ ਪੁਰਾਣਾ ਐਡਵਾਈਜ਼ਰ ਹੈ ਜੀ, ਉਹਨੂੰ ਹੁਣ ਅੱਗੇ ਲੈ ਕੇ ਆਏ ਆ ਵੀ ਜਿਹੜਾ ਫਸਿਆ ਗੱਡਾ ਹੈ ਮਿੱਤਰਾ ਤੂੰ ਕੱਢ ਹੁਣ। ਅਤੇ ਅਮੈਰੀਕਨ ਜਿਹੜੇ ਆ ਜੀ ਉਹ ਜ਼ਿਆਦਾਤਰ ਕਰੋਨਾ ਵਾਇਰਸ ਕਰਕੇ ਜਿਹੜੀ ਸਥਿਤੀ ਬਾਹਰ ਹੋਈ ਆ ਬਹੁਤ ਗੰਭੀਰ ਹੋ ਗਈ ਆ, ਰੋਜ਼ ਕਿੰਨੇ ਬੰਦੇ ਮਰ ਰਹੇ ਆ, ਨਵੇਂ ਕੇਸ ਨਿਕਲ ਰਹੇ ਆ, ਜਿਹੜਾ ਬਲੈਕ ਲਾਈਵਸ ਮੈਟਰ ਵਾਲੀ ਮੁਹਿੰਮ ਇਹਨੇ ਬੜਾ ਡੈਂਟ ਪਾਇਆ ਜੀ ਉਹਨਾਂ ਦੀ ਪਾਪੂਲੈਰਿਟੀ ਨੂੰ। ਅਤੇ ਹਾਲਾਂਕਿ ਜੋ ਬਾਈਡਨ ਨੂੰ ਕੋਈ ਵੀ ਬੰਦਾ ਨਹੀਂ ਜੀ ਕਹਿ ਰਿਹਾ ਵੀ ਕੋਈ ਗੁੱਡ ਉਮੀਦਵਾਰ ਜਾਂ ਸਟਰੋਂਗ ਉਮੀਦਵਾਰ ਆ, ਪਰ ਹੁਣ ਮੀਡੀਆ ਕਹਿ ਰਿਹਾ ਜੀ ਉਹਨਾਂ ਦਾ, ਅਮੈਰੀਕਨਾਂ ਦਾ, ਵੀ ਜੋ ਬਾਈਡਨ ਅੱਗੇ ਲੰਘ ਗਿਆ ਜੀ, ਆਪਾਂ ਦੂਰ ਬੈਠੇ ਹਾਂ, ਆਪਾਂ ਤਾਂ ਜਿਹੜੀਆਂ ਲੋਕਾਂ ਨਾਲ ਗੱਲਾਂ ਕਰ ਸਕਦੇ ਹਾਂ, ਪੰਜਾਬੀਆਂ ਨੇ ਗੱਲਾਂ ਕਰਨੀਆਂ, ਉਹਨਾਂ ਦੇ ਹਿਸਾਬ ਤੋਂ ਪਤਾ ਲੱਗ ਰਿਹਾ ਵੀ ਹਾਂ ਵੀ ਟਰੰਪ ਪਛੜ ਰਿਹਾ ਆ, ਜਾਂ ਜਿਹੜਾ ਅਮੈਰੀਕਨ ਮੀਡੀਆ ਸਰਵੇਖਣ ਦਿਖਾ ਰਿਹਾ ਆ ਉਹਨਾਂ ਦੇ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਕਿ ਟਰੰਪ ਪਛੜ ਰਹੇ ਆ, ਅਸਲੀਅਤ ਕੀ ਹੈ ਤਾਂ ਚੋਣਾਂ ਵਾਲੇ ਦਿਨ ਪਤਾ ਲੱਗਣੀ ਹੈ। ਬਿਲਕੁਲ ਜੀ, ਰੂਸ ਤਾਂ ਕਹਿੰਦੇ ਵੀ ਦੁਨੀਆ ਵੈਕਸੀਨ ਬਣਾ ਰਹੀ ਹੈ, ਉਹ ਕਹਿੰਦੇ ਵੀ ਕਿਸੇ ਤਰ੍ਹਾਂ ਇਹ ਫਾਰਮੂਲਾ ਜਾਂ ਕੀ ਤਾਂ ਅਸੀਂ ਚੋਰੀ ਕਰ ਲਈਏ, ਇਹ ਦੋਸ਼ ਲੱਗ ਰਹੇ। ਦੋ ਹੀ ਤਰੀਕੇ ਹੁੰਦੇ ਵੀ ਜਾਂ ਤਾਂ ਤੁਸੀਂ ਮਿਹਨਤ ਕਰੋ, ਦਿਮਾਗ ਲੜਾਓ ਅਤੇ ਜਿਹੜਾ ਹੈਗਾ ਜੀ ਅੱਗੇ ਲੰਘ ਜਾਓ, ਅਤੇ ਜਾਂ ਹੁੰਦਾ ਵੀ ਕਿਸੇ ਨਕਲ ਕਰ ਲਓ। ਰੂਸ ਵਾਲਿਆਂ ਨੇ ਤੀਜਾ ਤਰੀਕਾ ਅਪਣਾਇਆ ਵੀ ਨਾ ਨਕਲ ਕਰਨੀ ਆ, ਨਾ ਬਣਾਉਣਾ ਆ, ਬਣਿਆ ਬਣਾਇਆ ਚੱਕ ਲਿਆਉਣਾ, ਲੁੱਟ ਲਿਆਉਣਾ, ਹੈ ਨਾ ਜੀ। ਸੋ ਉਹਨਾਂ ਦੇ ਜਿਹੜੇ ਹੈਕਰ ਨੇ ਜੀ, ਰਸ਼ੀਅਨ ਹੈਕਰ, ਹਾਲੇ ਇਹ ਪੁਸ਼ਟੀ ਨਹੀਂ ਹੋਈ ਵੀ ਜਿਹੜੇ ਹੈਕਰ ਸੀਗੇ ਉਹ ਰੂਸ ਸਰਕਾਰ ਦੇ ਹਮਾਇਤ ਪ੍ਰਾਪਤ ਸੀਗੇ ਜਾਂ ਕਿਸੇ ਰੂਸੀ ਖੁਫੀਆ ਏਜੰਸੀ ਦੀ ਜਿਹੜੀ ਆ ਪੈਦਾਵਾਰ ਨੇ। ਪਰ ਜਿਹੜੀ ਲੀਡ ਗਈ ਆ ਕਿ ਕੈਨੇਡਾ, ਅਮਰੀਕਾ, ਇੰਗਲੈਂਡ ਦੀ ਜਿਹੜੀਆਂ ਰੀਸਰਚਰਸ ਨੇ ਕਰੋਨਾ ਵਾਇਰਸ ਦੇ ਵੈਕਸੀਨ ਦੇ ਸੰਬੰਧੀ, ਉਹਨਾਂ ਨੂੰ ਹੈਕ ਕਰਨ ਦੀ ਕੋਸ਼ਿਸ਼ ਜਿਹੜੀ ਹੋਈ ਆ, ਉਹਨਾਂ ਦੀਆਂ ਤਾਰਾਂ ਜਾ ਕੇ ਸਿੱਧੀਆਂ ਰੂਸ ਦੇ ਨਾਲ ਜਾ ਕੇ ਜੀ ਜੁੜੀਆਂ ਆ। ਦਾਤੀ ਥੋੜ੍ਹੇ ਉੱਪਰ ਤਾਰੇ ਵਾਲੇ ਜਿਹੜੇ ਹੈਕਰ ਨੇ ਜੀ, ਉਹ ਚਾਹੁੰਦੇ ਆ ਕਿ ਕਰੋਨਾ ਵਾਇਰਸ ਜਿਹੜਾ ਉਹਦਾ ਟੀਕਾ ਆ ਉਹ ਬਣਿਆ ਬਣਾਇਆ ਚੱਕ ਕੇ ਲੈ ਜੀ। ਜੀ ਪੰਜਾਬ ਤੋਂ ਕੀ ਖਬਰਾਂ ਆ ਰਹੀਆਂ ਜੀ ਕਰੋਨਾ ਵਾਇਰਸ ਬਾਰੇ? ਪੰਜਾਬ ਦੇ ਵਿੱਚੋਂ ਕੋਈ ਬਹੁਤੀ ਵਧੀਆ ਖਬਰ ਨਹੀਂ ਜੀ ਆ ਰਹੀ ਕਰੋਨਾ ਵਾਇਰਸ ਬਾਰੇ। ਜਿਹੜੇ ਪੰਜਾਬ ਦੇ ਮੰਤਰੀ ਨੇ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ, ਉਹਨਾਂ ਨੂੰ ਕਰੋਨਾ ਵਾਇਰਸ ਹੋ ਗਿਆ ਸੀਗਾ ਜੀ, ਐਡਮਿਟ ਨੇ ਫੋਰਟਿਸ ਹੋਸਪਿਟਲ ਦੇ ਵਿੱਚ। ਉਹਨਾਂ ਦੀ ਪਤਨੀ ਨੂੰ ਅਤੇ ਬੇਟੇ ਨੂੰ ਵੀ ਕਰੋਨਾ ਜਿਹੜਾ ਜੀ ਦੱਸਦੇ ਆ ਹੋ ਗਿਆ। ਅਤੇ ਆਪਾਂ ਕੱਲ੍ਹ ਗੱਲ ਕਰ ਰਹੇ ਸੀਗੇ ਇੰਡੀਆ ਦੇ ਵਿੱਚ ਵਰਵਰਾ ਰਾਓ ਹੁਣਾਂ ਦੀ ਜੀ, ਜਿਹੜੇ ਕਿ ਬਜ਼ੁਰਗ ਤੇਲਗੂ ਲੇਖਕ ਜਿਹਨਾਂ ਨੂੰ ਨਜ਼ਰਬੰਦ ਕੀਤਾ ਹੋਇਆ ਜੀ, ਅਤੇ ਉਹਨਾਂ ਦਾ ਪਰਿਵਾਰ ਕਹਿ ਰਿਹਾ ਛੱਡੋ ਇਹਨਾਂ ਨੂੰ, ਉਹਨਾਂ ਨੂੰ ਵੀ ਦੱਸਦੇ ਆ ਜੀ ਹੁਣ ਕਰੋਨਾ ਹੋ ਗਿਆ। ਅਤੇ ਇਹ ਵੀ ਇੱਕ ਚਿੰਤਾ ਵਾਲੀ ਗੱਲ ਆ। ਬਾਕੀ ਅਕਾਲੀ ਦਲ ਨੇ ਇੱਕ ਸੂਝ ਨਾਲ ਫੈਸਲਾ ਲਿਆ ਜੀ, ਉਹਨਾਂ ਨੇ 15 ਦਿਨ ਜਿਹੜੇ ਅਗਲੇ ਆ ਉਹਨਾਂ ਦੇ ਵਾਸਤੇ ਜਿੰਨੇ ਵੀ ਆਪਣੇ ਪਾਰਟੀ ਦੇ ਪ੍ਰੋਗਰਾਮ ਸੀਗੇ ਉਹ ਰੱਦ ਕਰ ਦਿੱਤੇ ਆ ਜੀ। ਜੀ ਉਹ ਇਸ ਕਰਕੇ ਕਹਿੰਦੇ ਵੀ ਇਕੱਠ ਹੋਣਗੇ ਤਾਂ ਫਿਰ ਜਿਹੜਾ ਕਰੋਨਾ ਵਧਣ ਦਾ ਚਾਂਸ ਹੈਗਾ ਜੀ, ਉਹ ਇੱਕ ਗੱਲ ਜਿਹੜੀ ਆ ਹੁਣ ਚੰਗੀ ਹੋਈ ਹੈ। ਅਤੇ ਪੰਜਾਬ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਡਰ ਹੈਗਾ ਵੀ ਜਿਵੇਂ ਕਰੋਨਾ ਦੇ ਨੰਬਰ ਵੱਧਦੇ ਜਾ ਰਹੇ ਆ, ਕਿਤੇ ਪਹਿਲਾਂ ਹੀ ਲੋਕਡਾਊਨ ਵਾਲੇ ਹਾਲਾਤ ਜਿਹੜੇ ਪਹਿਲਾਂ ਵਰਗੇ ਆ ਉਹ ਨਾ ਬਣ ਜਾਣ ਜੀ। ਸੋ ਉਹਦੇ ਬਾਰੇ ਜਿਹੜੀਆਂ ਵਿਚਾਰਾਂ ਆ ਹੁਣ ਚੱਲ ਰਹੀਆਂ ਵੀ ਕੀ ਹੋਊਗਾ। ਬਾਕੀ ਲੋਕ ਟਿੱਚਰਾਂ ਵੀ ਕਰੀ ਜਾਂਦੇ ਨਾਲੋਂ ਨਾਲ,
ਅਤੇ ਜਿਹੜਾ ਮੈਰਿਜ ਪੈਲਸ ਹੈਗਾ ਜੀ ਉਹਦੇ ਵਿੱਚ ਤੁਸੀਂ 30 ਜਣੇ ਲਿਜਾ ਸਕਦੇ ਹੋ ਵੀ ਇਹ ਕਿੱਤੋਂ ਕੁ ਬਣਦੀ ਹੈ। ਇਹ ਸੇਮ ਟੀਚਰ ਸਰੀ ਦੇ ਵਿੱਚ ਹੋ ਰਹੀ ਹੈ, ਵੈਨਕੂਵਰ 'ਚ ਹੋ ਰਹੀ ਹੈ। ਉਹ ਕਿੱਦਾਂ ਜੀ? ਉਹ ਕਹਿੰਦੇ ਜੀ ਬੱਸਾਂ ਭਰੀਆਂ ਜਾ ਰਹੀਆਂ, ਸਕਾਈ ਟ੍ਰੇਨ ਜਿਹੜੀ ਹੈ ਭਰੀ ਜਾ ਰਹੀ ਹੈ, ਅਤੇ ਬੈਂਕਟ ਹਾਲ ਦੇ ਵਿੱਚ 50 ਬੰਦੇ ਜਾ ਸਕਦੇ ਆ। ਵੀ ਇਹ ਕੋਈ ਹਾਸੇ ਵਾਲੀ ਗੱਲ ਹੀ ਹੈ ਵੀ ਫਿਰ ਵੀ ਆਪਾਂ ਤੁਕ ਤਾਂ ਬਣੀ ਨਹੀਂ ਹੈਗੀ ਜੀ, ਵੀ ਜੇ ਬੱਸ ਦੇ ਵਿੱਚ ਸਕਾਈ ਟ੍ਰੇਨ ਦੇ ਵਿੱਚ ਕਰੋਨਾ ਜਿਹੜਾ ਆ ਹੋ ਸਕਦਾ ਆ, ਨਹੀਂ ਹੁੰਦਾ ਹੈਗਾ ਆ ਇੰਨੇ ਬੰਦਿਆਂ ਨੂੰ, ਤਾਂ ਫਿਰ ਬੈਂਕਟ ਹਾਲ ਦੇ ਵਿੱਚ ਕਿਵੇਂ ਹੋ ਜੂਗਾ ਜੀ ਜਿੱਥੇ ਕਿ ਇੰਨਾ ਖੁੱਲ੍ਹਾ ਥਾਂ ਹੈਗਾ ਆ? ਅਤੇ ਬੈਂਕਟ ਹਾਲਾਂ ਵਾਲੇ ਇਕੱਠੇ ਹੋ ਕੇ ਮਿਲ ਕੇ ਵੀ ਆਏ ਆ, ਉੱਪਰ ਤੱਕ ਪਹੁੰਚ ਵੀ ਕੀਤੀ ਆ, ਪਰ ਹਾਲੇ ਤੱਕ ਖੋਲ੍ਹਿਆ ਨਹੀਂ ਜੀ ਗਿਆ। ਪਰ ਪੰਜਾਬ ਦੇ ਵਿੱਚ ਕਰੋਨਾ ਜਿਹੜਾ ਜੀ ਉਹ ਦੁਬਾਰਾ ਦਸਤਕ ਦੇ ਰਿਹਾ, ਅਤੇ ਸਪੈਸ਼ਲੀ ਡਰ ਇਸ ਗੱਲ ਕਰਕੇ ਵੀ ਵਧਿਆ ਜ਼ਿਆਦਾ ਕਿ ਜਦੋਂ ਹੁਣ ਮੌਨਸੂਨ ਦਾ ਸੀਜ਼ਨ ਆਉਣਾ, ਬਿਮਾਰੀਆਂ ਵੈਸੇ ਹੀ ਰੈਗੂਲਰਲੀ ਜਿਹੜਾ ਡੇਂਗੂ ਕੀ, ਹੈਜ਼ਾ ਕੀ, ਮਲੇਰੀਆ ਕੀ, ਟਾਈਫਾਇਡ ਕੀ, ਇਹ ਚੱਲ ਪੈਂਦੀਆਂ, ਅਤੇ ਉਦੋਂ ਸਾਂਭਣਾ ਬੜਾ ਔਖਾ ਹੋ ਜਾਣਾ। ਜਿਹੜੇ ਇੱਧਰੋਂ ਲੋਕ ਜਾਂਦੇ ਆ ਕੋਈ ਕਿਸੇ ਤਰ੍ਹਾਂ ਉੱਧਰ ਇੱਧਰ ਆਏ ਸੀ, ਉਹਨਾਂ ਨੂੰ ਹੁਣ ਰਹਿਣਾ ਪੈਂਦਾ 15 ਦਿਨ ਜਾਂ ਉਹਨਾਂ ਨੂੰ ਕਿੱਥੇ ਰੱਖਦੇ? ਜਿਹੜੇ ਤਾਜ਼ਾ ਲੋਕ ਗਏ ਨੇ ਜੀ ਉਹਨਾਂ ਤੋਂ ਤਾਂ ਇਹੀ ਪਤਾ ਲੱਗਾ ਕਿ ਉਹਨਾਂ ਨੂੰ 14 ਦਿਨ ਰਹਿਣਾ ਪੈਂਦਾ। ਉਹ ਆਪਣੇ ਘਰ 'ਚ ਹੀ ਰਹਿੰਦੇ ਆ? ਨਹੀਂ ਜੀ, ਜਿਹੜੇ ਮੇਰੇ ਨਜ਼ਦੀਕੀ ਗਏ ਆ ਜਿਹਨਾਂ ਨੂੰ ਤਾਂ ਮੈਨੂੰ ਪਤਾ ਆ, ਉਹ ਇਹ ਆ ਕਿ ਉਹਨਾਂ ਨੂੰ ਪਹਿਲਾਂ ਡਿਪਟੀ ਕਮਿਸ਼ਨਰ ਤੋਂ ਪਾਸ ਲੈ ਕੇ ਦਿੱਲੀਓਂ ਲੈ ਕੇ ਗਏ ਆ ਜੀ। ਅੱਛਾ ਜੀ। ਉਹ ਤੁਹਾਡੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਜਿਹੜਾ ਪਾਸ ਦਿੰਦਾ ਆ, ਫਿਰ ਹੀ ਤੁਸੀਂ ਦਿੱਲੀਓਂ ਨਿਕਲ ਕੇ ਪੰਜਾਬ ਜਾ ਸਕਦੇ ਆ। ਉਸ ਤੋਂ ਬਾਅਦ ਤੁਹਾਡੇ ਜ਼ਿਲ੍ਹੇ ਦੇ ਵਿੱਚ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਕਿਸੇ ਹੋਟਲ ਦੇ ਵਿੱਚ, ਜਿਹਦਾ ਕਿ ਖਾਣ ਪੀਣ ਦਾ ਖਰਚਾ ਤੁਸੀਂ ਦੇਣਾ, ਰਹਿਣ ਦਾ ਖਰਚਾ ਤੁਸੀਂ ਦੇਣਾ, ਤੁਸੀਂ ਰੋਟੀ ਘਰੋਂ ਮੰਗਵਾ ਸਕਦੇ ਹੋ ਆਪਣੇ ਜ਼ਰੂਰ। 7 ਦਿਨ ਤੁਹਾਨੂੰ ਉਸ ਹੋਟਲ ਦੇ ਵਿੱਚ ਰਹਿਣਾ ਪੈਣਾ ਆ, ਉਦੋਂ ਬਾਅਦ 7 ਦਿਨ ਫਿਰ ਤੁਹਾਨੂੰ ਆਪਣੇ ਘਰ ਜਾ ਕੇ ਕੁਆਰੰਟੀਨ ਕਰਨਾ ਪੈਣਾ ਆ। ਜਦੋਂ ਫਿਰ 14 ਦਿਨ ਪੂਰੇ ਹੋ ਗਏ ਫਿਰ ਤੁਸੀਂ ਬਾਹਰ ਜਿਹੜਾ ਆ ਉਹ ਨਿਕਲ ਸਕਦੇ ਆ, ਅਤੇ ਜੇ ਤੁਸੀਂ ਜਾਣੀ ਕਿ ਕੋਈ ਚਾਹੁੰਦੇ ਆ ਵੀ ਨਾ ਇਹੋ ਜਿਹਾ ਕੁਛ ਹੋਵੇ ਤਾਂ ਕੋਈ ਹੱਲ ਨਹੀਂ ਹੈਗਾ ਇਸ ਗੱਲ ਦਾ, ਤੁਹਾਨੂੰ ਹੈਵ ਟੂ ਜਾਣਾ ਹੀ ਪੈਣਾ ਆ, ਅਤੇ ਮੇਰੇ ਹਿਸਾਬ ਨਾਲ ਚੰਗੀ ਗੱਲ ਵੀ ਹੈ ਜੀ। ਸੁਖਪਾਲ ਖਹਿਰਾ ਹੋਈ ਚਰਚਾ 'ਚ ਨੇ, ਕੁਛ ਨੌਜਵਾਨਾਂ 'ਤੇ ਕੇਸ ਪਏ ਆ, ਉਹਨਾਂ ਦੇ ਲਈ ਲੜ ਰਹੇ ਆ, ਇਹ ਕੀ ਮਾਮਲਾ ਜੀ? ਜਿਹੜਾ ਕਾਲਾ ਕਾਨੂੰਨ UAPA ਹੈਗਾ ਜੀ, ਉਹਦੇ ਅਧੀਨ ਬੀਤੇ ਕੁਝ ਵੀਕਾਂ ਦੇ ਦੌਰਾਨ, ਕੁਝ ਹਫ਼ਤਿਆਂ ਦੇ ਦੌਰਾਨ 16 ਦੇ ਕਰੀਬ ਨੌਜਵਾਨ ਜਿਹੜੇ ਆ ਪੰਜਾਬ ਹਰਿਆਣੇ ਤੋਂ ਚੱਕੇ ਗਏ ਆ, ਬੜੀ ਅੱਲੜ ਉਮਰ ਦੇ ਮੁੰਡੇ ਆ ਜੀ। ਅਤੇ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਦੀ ਆਵਾਜ਼ ਜਿਹੜੀ ਆ ਚੱਕੀ ਆ। ਉਸ ਤੋਂ ਬਾਅਦ ਇੱਕ ਜਸਪ੍ਰੀਤ ਸਿੰਘ ਨਾਂ ਦਾ ਮੁੰਡਾ ਮਜੀਠਾ ਥਾਣੇ ਦੇ ਅੰਦਰ, ਉਹ ਜਿਹੜਾ ਜੀ ਉਹਦਾ ਕੇਸ ਟੁੱਟਿਆ ਵੀ ਆ, ਡਿਸਚਾਰਜ ਹੋਇਆ ਕੇਸ ਦੇ ਵਿੱਚੋਂ। ਹੁਣ ਜਦੋਂ ਜਿਹੜੇ ਸੁਖਪਾਲ ਸਿੰਘ ਖਹਿਰਾ ਉਹ ਘਰੋਂ ਘਰੀ ਜਾ ਕੇ ਨਾ ਨੌਜਵਾਨਾਂ ਨੂੰ ਮਿਲ ਰਹੇ ਆ, ਉਹਨਾਂ ਦੇ ਪਰਿਵਾਰਾਂ ਨੂੰ ਮਿਲ ਰਹੇ ਆ, ਪਰਿਵਾਰਾਂ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ, ਗਰੀਬ ਆ, ਵਕੀਲ ਵੀ ਨਹੀਂ ਕਰ ਸਕਦੇ, ਅਤੇ ਸਾਰਾ ਪਿੰਡ ਕਹਿ ਰਿਹਾ ਕਿ ਝੂਠੇ ਕੇਸ ਜਿਹੜੇ ਆ ਜੀ ਉਹ ਪਾਏ ਗਏ ਆ। ਅਤੇ ਸੁਖਪਾਲ ਸਿੰਘ ਖਹਿਰਾ ਵੀ ਇਹੀ ਕਹਿ ਰਹੇ ਆ ਕਿ ਸਿਆਸਤ ਦੇ ਕਰਕੇ ਜਸਟ ਇੱਕ ਹਊਗਾ ਬਣਾਉਣ ਵਾਸਤੇ ਵੀ ਜੇ ਜੀ ਇੱਦਾਂ ਨਾ ਕੀਤਾ ਗਿਆ ਤਾਂ ਵੀ ਮੁੰਡੇ ਨਾ ਫੜੇ ਗਏ ਜਾਂ ਅਸੀਂ ਇੰਨੀਆਂ ਸ਼ਿਕੰਜਾ ਨਾ ਕੱਸਿਆ, ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ। ਇੱਕ ਨਕਲੀ ਡਰ ਪੈਦਾ ਕਰਨ ਦੇ ਵਾਸਤੇ, ਮਾਹੌਲ ਜਿਹੜਾ ਆ ਉਹ ਦਹਿਸ਼ਤ ਜ਼ਦਾ ਕਰਨ ਦੇ ਵਾਸਤੇ ਨੌਜਵਾਨ ਚੱਕੇ ਜਾ ਰਹੇ ਆ ਬੇਵਜ੍ਹਾ, ਅਤੇ ਉਹ ਕਹਿੰਦੇ ਵੀ ਬਿਲਕੁਲ ਝੂਠੀਆਂ ਕਹਾਣੀਆਂ ਪੁਲਿਸ ਘੜ ਰਹੀ ਆ। ਹੁੰਦਾ ਇਹੀ ਆ ਜੀ, ਜਿਸ ਕਾਰਨ ਜੀ ਪਹਿਲਾਂ ਜਿਹੜੇ ਮੁੰਡੇ ਚੱਕ ਲੈ ਜਾਂਦੇ ਆ, ਉਸ ਤੋਂ ਬਾਅਦ ਦੇ ਵਿੱਚ ਵਕੀਲ ਕੀਤੇ ਜਾਂਦੇ ਆ, ਜਾਂ ਉਹਨੂੰ 6-7 ਸਾਲਾਂ ਬਾਅਦ ਅਗਲਾ ਬਰੀ ਹੁੰਦਾ, ਪਰ ਉਹਦੇ ਵਿੱਚ ਅੰਦਰ ਰਹਿੰਦੇ ਰਹਿੰਦੇ ਉਹਦੀ ਟੋਟਲੀ ਲਾਈਫ ਬੰਦੇ ਦੀ ਚੇਂਜ ਹੋ ਜਾਂਦੀ ਹੈ, ਮੁੜ ਕੇ ਉਹ ਕਦੀ ਸਹੀ ਰਾਹ ਪੈਂਦਾ ਨਹੀਂ ਹੈਗਾ, ਉਹਦੀ ਜ਼ਿੰਦਗੀ ਜਿਹੜੀ ਆ ਬਰਬਾਦ ਹੋ ਜਾਂਦੀ ਹੈ। ਅਤੇ ਸੁਖਪਾਲ ਸਿੰਘ ਖਹਿਰਾ ਹੁਣ ਕਹਿੰਦੇ ਵੀ ਮੈਂ ਇਹਨਾਂ ਦੀ ਆਵਾਜ਼ ਬਣੂੰਗਾ ਜੀ, ਮੈਂ ਇਹਨਾਂ ਲਈ ਕਾਨੂੰਨੀ ਲੜਾਈ ਲੜੂੰਗਾ। ਅਤੇ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਜੇ ਸਰਕਾਰ ਚਾਹੁੰਦੀ ਆ ਵੀ ਝੂਠ ਅਤੇ ਸੱਚ ਦਾ ਨਿਤਾਰਾ ਹੋਵੇ ਤਾਂ ਜਸਟਿਸ ਮਹਿਤਾਬ ਸਿੰਘ ਗਿੱਲ ਵਰਗੇ ਕਿਸੇ ਮਾਣਯੋਗ ਜੱਜ ਤੋਂ ਇਹਦੀ ਜਾਂਚ ਕਰਵਾ ਲਓ, ਕੇਸ ਦੀ ਪਤਾ ਲੱਗ ਜੂਗਾ ਕਿ ਕਿਵੇਂ ਮੁੰਡੇ ਜਿਹੜੇ ਉਹ ਨਜਾਇਜ਼ ਫੜੇ ਗਏ ਆ ਜੀ। ਗੁਰਪ੍ਰੀਤ ਸਿੰਘ ਸੋਤਾ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ, ਧੰਨਵਾਦ ਜਸਕਰਨ ਜੀ ਤੁਹਾਡਾ, ਅਤੇ ਨਾਲ ਇੱਕ ਵਾਰੀ ਫਿਰ ਤੁਹਾਨੂੰ ਅਤੇ ਸਾਰੇ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਛ ਖਬਰਾਂ ਅਤੇ ਖਬਰਾਂ 'ਤੇ ਸਰਦਾਰ ਗੁਰਪ੍ਰੀਤ ਸਿੰਘ ਸੋਤਾ ਹੋਣਾ ਦਾ ਤਬਸਰਾ। ਅਲਵਿਦਾ ਜੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।